ਕੁਸੀਂ ਸੁਣ ਰਹੇ ਹੋ ਲਿਓ ਤੋਲਸਟਾਈ ਦੀ ਕਹਾਣੀ ਇੱਕ ਚੰਗਿਆੜੀ ਤੋਂ ਪਾਂਬੜ ਤੇ ਅਨੁਵਾਦਕ ਨੇ ਅਭੈ ਸਿੰਘ 라ਵੀ ਦੇ ਇੱਕ ਕੰਡੇ ਤੇ ਛੋਟਾ ਜਿਹਾ ਪਿੰਡ ਸੀ ਉਹਦੇ ਵਿੱਚ ਬਹਾਦਰ ਸਿੰਘ ਜੱਟ ਬੜਾ ਮਸ਼ਹੂਰ ਜ਼ਿਮੀਦਾਰ ਸੀ ਉਹ ਜਵਾਨ ਤੇ ਕੰਮ ਕਰਨ ਨੂੰ ਤਗੜਾ ਸੀ ਉਹਦੇ ਤਿੰਨ ਗੱਭਰੂ ਪੁੱਤਰ ਸੀ ਜਿਨ੍ਹਾਂ ਦੇ ਵਿੱਚੋਂ ਵੱਡਾ ਵਿਆਹ ਹੋਇਆ ਸੀ ਬਹਾਦਰ ਸਿੰਘ ਦੀ ਵਾਟੀ ਸਿਆਣੀ ਜਨਾਨੀ ਸੀ ਤੇ ਇਹਨਾਂ ਦੇ ਚੰਗਿਆਂ ਭਾਗਾਂ ਦੇ ਨਾਲ ਨੂੰ ਵੀ ਚੰਗੇ ਸੁਭਾਅ ਵਾਲੀ ਤੇ ਹੌਲੀ ਹੱਡਾਂ ਦੀ ਸੀ ਬਹਾਦਰ ਸਿੰਘ ਦਾ ਬੁੱਢਾ ਪਿਓ 7 ਸਾਲ ਤੋਂ ਦਮੇ ਦੀ ਬਿਮਾਰੀ ਦੇ ਨਾਲ ਮੰਜੇ ਤੇ ਪਿਆ ਹੋਇਆ ਸੀ ਜਨਾਨੀਆਂ ਘਰ ਦਾ ਪ੍ਰਬੰਧ ਕਰਦੀਆਂ ਸੀ ਤੇ ਮਰਦ ਬਾਹਰ ਜ਼ਮੀਨ ਸਾੰਦੇ ਸੀ ਇਹਨਾਂ ਦਾ ਜੀਵਨ ਬੜਾ ਸ਼ਾਂਤੀ ਵਾਲਾ ਸੀ ਪਰ ਬਹਾਦਰ ਸਿੰਘ ਦਾ ਝਗੜਾ ਆਪਣੇ ਗਵਾਂਢ ਨਿਹਾਨ ਸਿੰਘ ਦੇ ਨਾਲ ਛਿੜ ਪਿਆ ਤੇ ਸ਼ਾਂਤੀ ਦਾ ਟੇਰਾ ਕੁਝ ਹੋ ਗਿਆ ਜਦ ਤੱਕ ਨਿਧਾਨ ਸਿੰਘ ਦਾ ਬਾਪ ਜਿਉਂਦਾ ਰਿਹਾ ਤੇ ਬਹਾਦਰ ਸਿੰਘ ਦਾ ਬਾਪ ਰਾਜੀਬਾਜੀ ਰਹਾ ਦੋਹਾਂ ਗਵਾਂਡੀਆਂ ਦਾ ਸਬੰਧ ਬੜਾ ਸੁੰਦਰ ਸੀ ਜੇ ਕਿਸੇ ਜਨਾਨੀ ਨੂੰ ਛਾਨਣੀ ਜਾਂ ਚੰਗੇਰ ਜਾਂ ਸੂਈ ਦੀ ਲੋੜ ਪੈ ਜਾਂਦੀ ਤਾਂ ਗਵਾਂਡਣ ਪਾਸੋਂ ਲੈ ਲੈਂਦੀ ਸੀ ਜੇ ਮਰਦ ਨੂੰ ਗੱਡਾ ਲੱਦਣ ਵੇਲੇ ਦੂਜੇ ਆਦਮੀ ਦੀ ਜ਼ਰੂਰਤ ਪੈਂਦੀ ਤਾਂ ਉਹ ਦੂਜੇ ਨੂੰ ਘਰੋਂ ਬੁਲਾ ਲੈਂਦਾ ਸੀ ਜੇ ਇੱਕ ਦਾ ਬੱਛਾ ਦੂਜੇ ਦੀ ਕਣਕ ਵਿੱਚ ਜਾ ਪਈ ਤਾਂ ਕਣਕ ਵਾਲਾ ਬੱਚੇ ਨੂੰ ਭੁਜਾ ਦਿੰਦਾ ਸੀ ਪਰ ਗਾਲ ਨਹੀਂ ਸੀ ਕੱਢਦਾ ਕੋਠਿਆਂ ਨੂੰ ਜੰਦਰੇ ਮਾਰਨੇ ਇੱਕ ਦੂਜੇ ਤੋਂ ਚੀਜ਼ਾਂ ਲਕੋਣੀਆਂ ਦੂਜੇ ਦੀ ਚੁਗਲੀ ਕਰਨੀ ਇਹਨਾਂ ਦਾ ਕਿਸੇ ਨੇ ਸੁਪਨਾ ਵੀ ਨਹੀਂ ਸੀ ਲਿਆ ਪਰ ਇਹ ਗੱਲਾਂ ਪੁਰਾਣੇ ਜ਼ਮਾਨੇ ਦੀਆਂ ਸੀ ਜਦ ਬਹਾਦਰ ਸਿੰਘ ਤੇ ਨਿਧਾਨ ਸਿੰਘ ਦੀ ਵਾਰੀ ਆਈ ਤਾਂ ਸਭ ਕੁਝ ਬਦਲ ਗਿਆ ਇਹ ਸਾਰਾ ਝਗੜਾ ਇੱਕ ਨਿੱਕੀ ਜੀ ਗੱਲ ਤੋਂ ਛਿੜਿਆ ਸੀ ਬਾਦਰ ਸਿੰਘ ਦੀ ਨੂ ਨੇ ਇੱਕ ਮੁਰਗੀ ਪਾਲੀ ਹੋਈ ਸੀ ਜਦੋਂ ਉਸ ਮੁਰਗੀ ਨੇ ਆਂਡੇ ਦੇਣੇ ਸ਼ੁਰੂ ਕੀਤੇ ਤਾਂ ਉਹ ਰੋਜ਼ ਵਾਲਾ ਇੱਕ ੰਡਾ ਸਾਮ ਛੱਡਿਆ ਕਰੇ ਇੱਕ ਦਿਨ ਮੁਰਗੀ ਨੇ ਆਪਣੀ ਥਾਂ ਤੇ ਆਂਡਾ ਨਾ ਦਿੱਤਾ ਤੇ ਕਿਤੇ ਮੁੰਡਿਆਂ ਦੀ ਡਰਾਈ ਹੋਈ ਉਥੋਂ ਉੱਡ ਕੇ ਦੂਜੇ ਘਰ ਚ ਆਂਡਾ ਤੇ ਆਈ ਬਾਦਰ ਸਿੰਘ ਦੀ ਨੂ ਜਦ ਸਵੇਰ ਆਪਣੇ ਕੰਮ ਧੰਦੇ ਤੋਂ ਵਹਿਲੀ ਹੋਈ ਤੇ ਆਂਡਾ ਵੇਖਣ ਲਈ ਰੋਜ਼ ਵਾਲੀ ਥਾਂ ਤੇ ਗਈ ਉੱਥੇ ਉਹਨੂੰ ਛੋਟੇ ਦੇਵਰ ਤਾਰਾ ਸਿੰਘ ਨੇ ਦੱਸਿਆ ਭਾਬੀ ਤੇਰੀ ਮੁਰਗੀ ਚਾਚੇ ਨਿਧਾਨ ਸਿਉਂਦੇ ਘਰੇ ਆਂਡਾ ਦੇ ਆਈ ਹੋਣੀ ਐ ਮੈਂ ਬਾਹਰ ਖੇਡਦਾ ਸੀ ਮੈਂ ਉਹਨਾਂ ਦੇ ਘਰ ਤੇਰੀ ਮੁਰਗੀ ਦੀ ਕੁੜਕੜ ਜੀ ਸੁਣੀ ਸੀ ਤੇ ਥੋੜੇ ਜਿਿਹੇ ਚਿਰ ਮਗਰੋਂ ਉੱਥੋਂ ਉੱਡ ਕੇ ਸਾਡੇ ਘਰ ਵੀ ਆਈ ਸੀ ਇਹ ਸਜਨਾਨੀ ਨੇ ਜਾ ਕੇ ਮੁਰਗੀ ਵੱਲ ਦੇਖਿਆ ਉਹ ਬਾਕੀ ਮੁਰਗੀਆਂ ਵਾਂਗ ਆਪਣੇ ਟਿਕਾਣੇ ਤੇ ਬੈਠੀ ਸੀ ਜੇ ਬੋਲ ਸਕਦੀ ਤਾਂ ਅੰਡੇ ਦਾ ਕੁਝ ਪਤਾ ਦੱਸਦੀ ਉਹ ਥਾਂ ਵੇਖ ਕੇ ਬਹਾਦਰ ਸਿੰਘ ਦੀ ਨੂੰ ਗਵਾਂਡੀਆਂ ਦੇ ਘਰ ਗਈ ਤੇ ਨਿਧਾਨ ਸਿੰਘ ਦੀ ਮਾਂ ਨੂੰ ਆਖਣ ਲੱਗੀ ਅੰਮਾ ਸਾਡੀ ਕੁਕੜੀ ਸਵੇਰੇ ਤੁਹਾਡੇ ਘਰ ਆਈ ਸੀ ਕਿਤੇ ਆਂਡਾ ਤੇ ਨਹੀਂ ਦੇ ਗਈ ਬੁੱਢੀ ਬੋਲੀ ਆਹ ਸਾਂਡਾ ਤੇ ਕੋਈ ਨਹੀਂ ਵੇਖਿਆ ਰੱਬ ਦਾ ਸ਼ੁਕਰ ਸਾਡੀਆਂ ਆਪਣੀਆਂ ਕੁਕੜੀਆਂ ਆਂਡੇ ਦੇਣ ਲੱਗ ਪਈਆਂ ਨੇ ਸਾਡੇ ਆਪਣੇ ਆਂਡੇ ਬਥੇਰੇ ਸਾਨੂੰ ਕੀ ਲੋੜ ਭਲਾ ਦੂਜਿਆਂ ਦੇ ਆਂਡਿਆਂ ਦੀ ਤੇ ਕੁੜੀਏ ਆਪਣੇ ਆਂਡੇ ਨਾ ਆਪਣੇ ਘਰ ਚ ਹੀ ਢੁੰਡਿਆ ਕਰ ਬਾਹਰ ਦੂਜਿਆਂ ਦੇ ਘਰਾਂ ਚ ਨਹੀਂ ਪੁੱਛੀ ਦੇ ਬਾਦਰ ਸਿੰਘ ਦੀ ਨੂੰ ਨਾਰਾਜ਼ ਹੋ ਕੇ ਇਹੋ ਜੀ ਗੱਲ ਆਖਣ ਲੱਗੀ ਜਿਹੜੀ ਨਹੀਂ ਸੀ ਆਖਣੀ ਚਾਹੀਦੀ ਬੁੱਢੀ ਨੇ ਸੂਦ ਸਣੇ ਜਵਾਬ ਦੇ ਦਿੱਤਾ ਤੇ ਦੋਹਾਂ 'ਚ ਛਿੜ ਪਈ ਜੀ ਜੰਗ ਬਹਾਦਰ ਸਿੰਘ ਦੀ ਵਾਟੀ ਖੂਹ ਤੋਂ ਪਾਣੀ ਲੈ ਕੇ ਉਤਰੋਂ ਲੰਘ ਰਹੀ ਸੀ ਉਹ ਵੀ ਨੂ ਦੀ ਮਦਦ ਕਰਨ ਆ ਗਈ ਉਹਦੀ ਆਵਾਜ਼ ਸੁਣ ਕੇ ਨਿਹਦਾਨ ਸਿੰਘ ਦੀ ਵਾਟੀ ਵੀ ਆ ਗਈ ਤੇ ਦੋਹੇ ਪਾਸਿਓਂ ਝੂਠੇ ਸੱਚੇ ਮਹਿਣਿਆਂ ਦੀ ਬਰਖਾ ਸ਼ੁਰੂ ਹੋ ਗਈ ਤੇ ਇਸ ਰੌਲੇ ਗੋਲੇ 'ਚ ਕਿਸੇ ਦੀ ਗੱਲ ਕਿਸੇ ਨੂੰ ਸਮਝ ਨਹੀਂ ਸੀ ਪੈਂਦੀ ਚਾਰੋਂ ਜਨਾਨੀਆਂ ਜੋ ਇਕੱਠੀਆਂ ਬੋਲ ਰਹੀਆਂ ਸੀ ਤੇਜ਼ੀ ਦੇ ਵਿੱਚ ਇੱਕ ਦੀ ਥਾਂ ਦੋ ਤੋਂ ਗੱਲਾਂ ਬੋਲਣ ਦਾ ਯਤਨ ਕਰ ਰਹੀਆਂ ਸੀ ਨਹੀਂ ਤੂੰ ਇਹੋ ਜੀ ਨਹੀਂ ਤੂੰ ਕਿਹੜਾ ਕਟ ਹੈ ਨਹੀਂ ਤੂੰ ਚੋਟੀ ਨਹੀਂ ਤੂੰ ਲੁੱੱਚੀ ਰੋਂ ਬੋਲਣ ਨੂੰ ਮਰਦੀਆਂ ਨਹੀਂ ਤੂੰ ਆਪਣੇ ਬੁੱਢੇ ਸਾਰੇ ਨੂੰ ਭੁੱਖਾ ਵੀ ਮਾਰਨੀ ਹੈ ਤਾਂ ਤੂੰ ਨਕਮੀ ਚਟੂਰੀ ਨਾ ਹੋਵੇ ਤਾਂ ਆਦਕ ਆਦਕ ਨਹੀਂ ਤੂੰ ਸਾਡੀ ਛਾਨਣੀ ਵਿੱਚ ਛੇ ਕਿਉਂ ਕਰ ਦਿੱਤਾ ਸੀ ਤਾਂ ਤੂੰ ਨਾ ਤੂੰ ਕੀ ਕੀਤਾ ਤੂੰ ਪਾਣੀ ਲੈਣ ਵਾਸਤੇ ਵੀ ਸਾਡੀ ਬਾਟੀ ਰੱਖੀ ਹੋਈ ਹੈ ਇਹਦੇ ਵਿੱਚ ਮੋਰੀ ਹੀ ਕਰਕੇ ਦਾਂਗੀ ਲਿਆ ਵਾਪਸ ਕਰ ਸਾਡੀ ਬਾਲਟੀ ਵੱਡੀ ਆਈ ਗੱਲਾਂ ਮਾਰਨ ਨੂੰ ਅਜਹੀਆਂ ਗੱਲਾਂ ਕਰਦੀਆਂ ਬਾਲਟੀ ਦੇ गिरਦੇ ਹੋ ਗਈਆਂ ਪਾਣੀ ਡੁੱਲ ਗਿਆ ਜਨਾਨੀਆਂ ਦੇ ਸਿਰੋਂ ਕੱਪੜੇ ਲੈ ਗਏ ਤੇ ਇੱਕ ਦੂਜੀ ਨੂੰ ਕੁਸੁੰਨੋ ਕੁਸੁੰਨੀ ਜੁੱਟ ਪਈਆਂ ਨਿਧਾਨ ਸਿੰਘ ਖੇਤ ਤੋਂ ਵਾਪਸ ਆਉਂਦਾ ਸੀ ਉਹ ਵੀ ਲੜਾਈ 'ਚ ਸ਼ਾਮਿਲ ਹੋ ਕੇ ਆਪਣੀ ਵਾਟੀ ਦੀ ਤਰਫਤਾਰੀ ਕਰਨ ਲੱਗਾ ਇਹ ਵੇਖ ਕੇ ਬਹਾਦਰ ਸਿੰਘ ਤੇ ਉਹਦਾ ਪੁੱਤਰ ਵੀ ਆ ਗਏ ਤੇ ਤਕੜਾ ਯੁੱਧ ਹੋਇਆ ਬਹਾਦਰ ਸਿੰਘ ਨੇ ਚੰਗੇ ਹੂਰੇ ਚਲਾਏ ਤੇ ਨਿਧਾਨ ਸਿੰਘ ਦੀ ਦਾੜੀ ਦੇ ਵਾਲ ਪੁੱਟ ਲਏ ਰੋਲਾ ਸੁਣ ਕੇ ਸਾਰੇ ਲੋਕ ਆ ਗਏ ਤੇ ਲੜਦਿਆਂ ਨੂੰ ਮੁਸ਼ਕਿਲ ਦੇ ਨਾਲ छुੜਾਇਆ ਬਸ ਇਹੋ ਸੀ ਸਾਰੇ ਫਸਾਦ ਦਾ ਮੁੱਢ ਨਿਧਾਨ ਸਿੰਘ ਨੇ ਆਪਣੀ ਦਾੜੀ ਦੇ ਖੁੱਥੇ ਹੋਏ ਵਾਲ ਇਕੱਠੇ ਕਰਕੇ ਥਾਣੇ 'ਚ ਰਿਪੋਰਟ ਕੀਤੀ ਤੇ ਲੋਕਾਂ ਨੂੰ ਆਖਿਆ ਮੈਂ ਆਪਣੀ ਦਾੜੀ ਇਸ ਬੇਈਮਾਨ ਬਹਾਦਰ ਸਿੰਘ ਤੋਂ ਪਟਵਾਉਣ ਲਈ ਨਹੀਂ ਰੱਖੀ ਹੋਈ ਤੇ ਉਹਦੀ ਵਾਟੇ ਵੋਟੀ ਗਵੰਡੀਆਂ ਨੂੰ ਆਖਦੀ ਫਿਰੇ ਅਸੀਂ ਥਾਣੇ ਰਿਪੋਰਟ ਕੀਤੀ ਐ ਭਾਦਰ ਸਿੰਘ ਨੂੰ ਅਸੀਂ ਕਾਲੇ ਪਾਣੀ ਜ਼ਰੂਰੀ ਭਜਵਾਉਣਾ ਮੰਝੇ ਤੇ ਪਏ ਹੋਏ ਬਹਾਦਰ ਸਿੰਘ ਦੇ ਬੁੱਢੇ ਬਾਬੇ ਨੇ ਇਹ ਸਾਰਾ ਸਮਾਚਾਰ ਸ਼ੋਕ ਨਾਲ ਵੇਖਿਆ ਤੇ ਸੁਣਿਆ ਉਹਨੇ ਆਪਣੀ ਪੁੱਤਰ ਪੋਤਰਿਆਂ ਨੂੰ ਆਖਿਆ ਹੋ ਮੁੰਡਿਓ ਤੁਸੀਂ ਭੈੜੇ ਰਾਹ ਤੁਰ ਪਏ ਹੋ ਝਗੜੇ ਵਾਲੀ ਗੱਲ ਕੋਈ ਨਹੀਂ ਐ ਸੋਚੋ ਤਾਂ ਸਹੀ ਕਾਂਡੇ ਦਾ ਮੁੱਲ ਕੀ ਹੁੰਦਾ ਐ ਉਹ ਕੀ ਪਤਾ ਹੈ ਮੁੰਡੇ ਆਂਡਾ ਚੁੱਕ ਕੇ ਲੈ ਗਏ ਹੋਣ ਜੇ ਗਵਾਂਡੀਆਂ ਨੇ ਵੀ ਲਿਆ ਹੋਵੇ ਤਾਂ ਹੋ ਕੀ ਗਿਆ ਸਾਨੂੰ ਰੱਬ ਨੇ ਬਥੇਰੇ ਆਂਡੇ ਦਿੱਤੇ ਹੋਏ ਨੇ ਹੋਏ ਉਹਨਾਂ ਨਾਲ ਪਿਆਰ ਕਰਕੇ ਉਹਨਾਂ ਨੂੰ ਚੰਗੇ ਬਚਨ ਬੋਲਣਾ ਸਿਖਾਓ ਜੇ ਉਹਨਾਂ ਥਾਣੇ ਰਿਪੋਰਟ ਕੀਤੀ ਵੀ ਹੈ ਤਾਂ ਤੁਸੀਂ ਉਹਨਾਂ ਨਾਲ ਸਲਾਹ ਸਫਾਈ ਕਰੋ ਭਾਈ ਤੁਹਾਡਾ ਭਲਾ ਝਗੜੇ ਨਬੇੜਨ ਚ ਹੈ ਓਏ ਲੰਬਾ ਕਰਨ ਚ ਨਹੀਂ ਅਰ ਨਵੇਂ ਪੋਚ ਨੇ ਬੁੱਢੇ ਦੀ ਗੱਲ ਸੁਣੀ ਹੋਈ ਨਾ ਉਹਨਾਂ ਨੇ ਇੰਨਾ ਗੱਲਾਂ ਨੂੰ ਬੁੱਢੇ ਦੀ ਬੁੜਬੁੜਾ ਕੇ ਇਹਦੇ ਵੱਲ ਕੋਈ ਧਿਆਨ ਹੀ ਨਾ ਦਿੱਤਾ ਭਦਰ ਸਿੰਘ ਨੇ ਆਖਿਆ ਮੈਂ ਹੁਣ ਨਧਾਨ ਸਿੰਘ ਦੇ ਅੱਗੇ ਹੱਥ ਜੋੜਨ ਨੂੰ ਤਿਆਰ ਨਹੀਂ ਮੈਂ ਕਦੇ ਉਸ ਦੀ ਦਾੜੀ ਨਹੀਂ ਖੋਹੀ ਉਹਨੇ ਆਪਣੇ ਆਪ ਵਾਲ ਆਪਣੇ ਖੋਹੇ ਨੇ ਪਰ ਆਹ ਵੇਖ ਉਹਦੇ ਪੁੱਤ ਨੇ ਮੇਰਾ ਕੁਰਤਾ ਪਾਰ ਕੇ ਰੱਖਤਾ ਆ ਵੇਖ ਤਾਂ ਸਹੀ ਭਦਰ ਸਿੰਘ ਵੀ ਥਾਣੇ ਪਹੁੰਚਿਆ ਦੋਹਾਂ ਦਾ ਮੁਕੱਦਮਾ ਜ਼ਿਲ੍ਹੇ ਦੀ ਕਚੈਰੀ 'ਚ ਗਿਆ। ਜਾਦੇ ਮੁਕੱਦਮੇਬਾਜ਼ੀ ਹੋ ਰਹੀ ਸੀ ਤਾਂ ਨਿਧਾਨ ਸਿੰਘ ਦੇ ਗੱਡੇ ਦਾਇਕ ਬਾਸ ਕੋਈ ਲੈ ਕੇ ਲੈ ਗਿਆ। ਨਿਧਾਨ ਸਿੰਘ ਕਹਾਂ ਨੇ ਬਹਾਦਰ ਦੇ ਪੁੱਤਰ ਦਾ ਨਾਮ ਲਿਆ ਤੇ ਜਨਾਨੀਆਂ ਨੇ ਆਖਿਆ ਅਸੀਂ ਰਾਤ ਮੁੰਡੇ ਨੂੰ ਗੱਡੇ ਵੱਲ ਜਾਂਦਿਆਂ ਵੇਖਿਆ ਸੀ ਅੱਜ ਸਵੇਰੇ ਬਾਸ ਲੈ ਕੇ ਸ਼ਹਿਰ ਨੂੰ ਗਿਆ। ਲਓ ਜੀ ਇਸ ਬਾਸ ਦਾ ਮੁਕੱਦਮਾ ਵੀ ਅਦਾਲਤ 'ਚ ਹੋ ਗਿਆ। ਘਰਾਂ ਵਿੱਚ ਹਰ ਰੋਜ਼ ਨਵਾਂ ਝਗੜਾ ਛਿੜਦਾ ਸੀ। ਵੱਡਿਆਂ ਦੀ ਰੀਸ ਪ੍ਰੀਸੀ ਛੋਟੇ-ਛੋਟੇ ਮੁੰਡੇ ਵੀ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਸੀ ਤੇ ਜਨਾਨੀਆਂ ਜਦ ਨਦੀ ਕਿਨਾਰੇ ਕੱਪੜੇ ਧੋਣ ਜਾਂਦੀਆਂ ਤਾਂ ਉਹਨਾਂ ਦੀਆਂ ਬਾਹਾਂ ਨਾਲੋਂ ਜ਼ਿਆਦਾ ਤੇਜ਼ ਜ਼ੁਬਾਨਾਂ ਚੱਲਦੀਆਂ ਸੀ ਤੇ ਦੁਰਵਚਨ ਬੋਲਣ 'ਚ ਇੱਕ ਦੂਜੀ ਨੂੰ ਮਾਤ ਪਾਉਂਦੀਆਂ ਸੀ ਪਹਿਲਾਂ ਤਾਂ ਇਹ ਦੋਵੇਂ ਇੱਕ ਦੂਜੇ ਦੀ ਨਿੰਦਿਆ ਹੀ ਕਰਦੇ ਸੀ ਫੇਰ ਚੋਰੀ ਵੀ ਸ਼ੁਰੂ ਕਰ ਦਿੱਤੀ ਤੇ ਹੁਣ ਤਾਂ ਬੱਚੇ ਵੀ ਪਰਾਏ ਘਰੋਂ ਚੀਜ਼ਾਂ ਚੁੱਕ ਲਿਆ ਕਰਦੇ ਸੀ ਬਹਾਦਰ ਤੇ ਨਿਧਾਨ ਸਿੰਘ ਤੇ ਮੁਕਦਮੇ ਕਦੀ ਪਿੰਡ ਦੀ ਪੰਚਾਇਤ ਚ ਕਦੇ ਥਾਣੇ ਕਦੇ ਤਹਿਸੀਲਦਾਰ ਪਾਸ ਤੇ ਕਿਸੇ ਵੇਲੇ ਜ਼ਿਲ੍ਹੇ ਦੀ ਕਚੈਰੀ ਅੰਦਰ ਚੱਲਦੇ ਰਹਿੰਦੇ ਸੀ ਕਦੇ ਨਿਧਾਨ ਸਿੰਘ ਨੂੰ ਜੁਰਮਾਨਾ ਹੋ ਜਾਏ ਕਦੇ ਬਹਾਦਰ ਸਿੰਘ ਨੂੰ 2-4 ਦਿਨ ਦੀ ਕੈਦ ਹੋ ਜਾਏ ਤੇ ਜਦ ਦੋ ਕੁੱਤੇ ਲੜਦੇ ਨੇ ਤਾਂ ਇੱਕ ਨੂੰ ਸੋਟੀ ਵੱਜੇ ਤਾਂ ਉਹ ਸਮਝਦਾ ਹੈ ਕਿ ਦੂਜੇ ਕੁੱਤੇ ਨੇ ਸੋਟੀ ਮਾਰੀ ਹੈ ਤੇ ਉਹ ਵਧੇਰੀਆਂ ਚਈਆਂ ਲੈਂਦਾ ਇਹੋ ਹਾਲ ਨਿਧਾਨ ਸਿੰਘ ਤੇ ਬਹਾਦਰ ਸਿੰਘ ਦਾ ਸੀ ਇੱਕ ਦੂਜੇ ਨੂੰ ਸਜ਼ਾਵਾਂ ਦਿਵਾਉਂਦਿਆਂ ਦੋਹਾਂ ਦੇ ਦਿਲ ਕਾਲੇ ਸਾਂ ਹੋ ਗਏ ਤੇ ਕ੍ਰੋਧ ਦੀ ਅਗਨੀ ਵਧੇਰੇ ਭੜਕਦੀ ਗਈ ਇਸ ਤਰ੍ਹਾਂ ਕੁੱਤਿਆਂ ਵਾਂਗ ਲੜਦਿਆਂ 6 ਸਾਲ ਬੀਤ ਗਏ ਬੁੱਢਾ ਵਿਚਾਰਾ ਮੰਜੇ ਤੇ ਬਿਮਾਰ ਹੋਇਆ ਰਸਾਈ ਕਰਾਂਦੇ ਬਥੇਰੇ ਤਰਲੇ ਲੈਂਦਾ ਰਿਆ ਪਰ ਉਹਦੀ ਕਿਸੇ ਨੇ ਇੱਕ ਵੀ ਨਾ ਸੁਣੀ 7ਵੇਂ ਸਾਲਿਕ ਵਿਆਹ ਤੇ ਜਦ ਮੇਲ ਇਕੱਠਾ ਹੋਇਆ ਤਾਂ ਬਹਾਦਰ ਸਿੰਘ ਦੀ ਨੂ ਨੇ ਨਿਧਾਨ ਸਿੰਘ ਨੂੰ ਚੋਰੀ ਵਿੱਚ ਫੜੇ ਜਾਣ ਦਾ ਮੇਣਾ ਮਾਰਿਆ ਨਿਧਾਨ ਸਿੰਘ ਨੇ ਕੁੱਟਕੂ ਪੀਤੀ ਹੋਈ ਸੀ ਤੇ ਉਹਨੇ ਮੇਹਣੇ ਮਾਰਨ ਵਾਲੀ ਦੀ ਵੱਖੀ ਚ ਘਸੁੰਨ ਕੱਢ ਮਾਰਿਆ ਇਸਤਰੀ ਗਰਭਵਤੀ ਸੀ ਤੇ ਹਫ਼ਤਾ ਪਰ ਬਿਮਾਰ ਰਹੀ ਬਹਾਦਰ ਸਿੰਘ ਬੜਾ ਖੁਸ਼ ਹੋਇਆ ਤੇ ਸਿੱਧਾ ਥਾਣੇ ਪਹੁੰਚਿਆ ਉਹਦਾ ਖਿਆਲ ਸੀ ਕਿ 7 ਸਾਲ ਕੈਦ ਕਰਾ ਦੇਵਾਂਗਾ ਪਰ ਡਾਕਟਰੀ ਮੁਆਇਨੇ ਦੇ ਹੁੰਦਿਆਂ ਤੱਕ ਇਸਤਰੀ ਨੂੰ ਆਰਾਮ ਆ ਗਿਆ ਤੇ ਪੁਲਿਸ ਨੇ ਦਾਵਾ ਦਫਤਰ ਦਾਖਲ ਕਰ ਦਿੱਤਾ। ਬਾਦਰ ਸਿੰਘ ਜ਼ਿਲ੍ਹੇ ਦੇ ਵਿੱਚ ਵੀ ਪਹੁੰਚਿਆ ਤੇ ਇੱਕ ਮੁਨਸ਼ੀ ਨੂੰ ਦੋ ਬੋਤਲਾਂ ਸ਼ਰਾਬ ਦੀਆਂ ਦੇ ਕੇ ਜ਼ਿਲ੍ਹੇ ਦੀ ਕਚੈਰੀ ਵਿੱਚੋਂ ਨਿਧਾਨ ਸਿੰਘ ਨੂੰ 20 ਬੈਂਤ ਲਗਵਾਉਣ ਦੇ ਉਹਨੇ ਹੁਕਮ ਕਰਵਾ ਲੇ। ਕਚੈਰੀ ਦੇ ਕਮਰੇ 'ਚੋਂ ਨਿਕਲਦੇ ਬਹਾਦਰ ਸਿੰਘ ਨੇ ਜਦ ਨਿਧਾਨ ਸਿੰਘ ਦਾ ਮੂੰਹ ਵੇਖਿਆ ਤਾਂ ਉਹ ਡਰ ਗਿਆ। ਨਿਧਾਨ ਸਿੰਘ ਮੂੰਹ ਵਿੱਚ ਹੌਲੇ-ਹੌਲੇ ਆਖ ਰਿਹਾ ਸੀ ਐਨੇ ਮੈਨੂੰ ਬੈਂਤ ਲਗਵਾਉਣੇ ਨੇ ਅੱਛਾ ਐਨੇ ਮੇਰੀ ਪਿੱਠ ਲਾਲ ਕਰਵਾਈ ਤਾਂ ਮੈਂ ਇਹਦੀ ਕੋਈ ਹੋਰ ਚੀਜ਼ ਲਾਲ ਕਰਵਾ ਦਿਆਂਗਾ ਇਹ ਗੱਲ ਸੁਣ ਕੇ ਬਹਾਦਰ ਸਿੰਘ ਫੇਰ ਕਚਹਿਰੀ ਦੇ ਅੰਦਰ ਦੌੜਿਆ ਤੇ ਆਖਣ ਲੱਗਿਆ ਹਜ਼ੂਰ ਇਹਦੀ ਜ਼ਮਾਨਤ ਲੈ ਲਵੋ ਇਹ ਮੇਰੇ ਘਰ ਨੂੰ ਸਾੜਨ ਦੀਆਂ ਧਮਕੀਆਂ ਦੇ ਰਿਹਾ ਹੈ ਹਾਕਮ ਪਰਾਮਾਨਸੀ ਉਹਨੇ ਦੋਹਾਂ ਨੂੰ ਬਥੇਰਾ ਸਮਝਾਇਆ ਨਿਦਾਨ ਸਿੰਘ ਨੂੰ ਆਖਿਆ ਤੂੰ ਇੱਕ ਗਰਭਵਤੀ ਇਸਤਰੀ ਦੇ ਕੋ ਸੁਨ ਮਾਰਨ ਦੀ ਬੜੀ ਮੂਰਖਤਾ ਕੀਤੀ ਐ ਤੇ ਬਹਾਦਰ ਸਿੰਘ ਨੂੰ ਆਖਿਆ ਚੰਗਾ ਹੈ ਤੂੰ ਵੀ ਹੁਣ ਇਹਦੇ ਨਾਲ ਰਾਜੀਨਾਮਾ ਕਰ ਲੈ ਤਾਂ ਵੱਡੀ ਖਾਨ ਵਾਲੇ ਬਾਬੂ ਨੇ ਕੋਲੋਂ ਆਖਿਆ ਹਜ਼ੂਰ ਇਸ ਦਫਾ ਵਿੱਚ ਰਾਜੀਨਾਮਾ ਨਹੀਂ ਹੋ ਸਕਦਾ ਹਾਕਮ ਨੇ ਇਹਨੂੰ ਡਾਂਟਿਆ ਤੇ ਨਿਧਾਨ ਸਿੰਘ ਨੂੰ ਫੇਰ ਸਮਝਾਇਆ ਨਿਧਾਨ ਸਿੰਘ ਦਾ ਮੂੰਹ ਗੁੱਸੇ ਨਾਲ ਲਾਲ ਹੋਇਆ ਪਿਆ ਸੀ ਉਹਨੇ ਆਖਿਆ ਸਰਕਾਰ ਨਿਆਂ ਨਹੀਂ ਕਰਦੀ ਇਸ ਝੂਠੇ ਭਾਦਰ ਸਿੰਘ ਦੇ ਆਖੇ ਲਾ ਕੇ ਜੋ ਸਜ਼ਾ ਮਿਲਦੀ ਹੈ ਉਹ ਹਮੇਸ਼ਾ ਮੈਨੂੰ ਹੀ ਮਿਲਦੀ ਹੈ। ਮੇਰੀ ਉਮਰ ਹੁਣ 50 ਸਾਲ ਦੀ ਹੈ। ਜੇ ਇਸ ਚਿੱਟੀ ਦਾੜੀ ਨਾਲ ਮੈਂ ਬੈਂਤ ਹੀ ਖਾਣੇ ਨੇ ਤਾਂ ਚੰਗਾ ਪਰ ਮੈਂ ਵੀ ਇੱਕ ਵੇਰਾ ਦਿਖਾ ਛੱਡਾਂਗਾ। ਆਜੂ ਨਿਧਾਨ ਸਿੰਘ ਕਿਸੇ ਮਰਦ ਦਾ ਪੁੱਤਰ ਹੈ। ਕਚਹਿਰੀੋਂ ਬਾਹਰ ਨਿਕਲ ਕੇ ਦੋਵੇਂ ਪਿੰਡ ਨੂੰ ਵਾਪਸ ਗਏ। ਬੁੱਢੇ ਬਾਪੂ ਦੇ ਪੁੱਛਣ ਤੇ ਜਦ ਭਾਦਰ ਸਿੰਘ ਨੇ ਦੱਸਿਆ ਕਿ ਨਿਧਾਨ ਸਿੰਘ ਨੂੰ ਬੈਂਤ ਪੈਣੇ ਨੇ ਤਾਂ ਬੁੱਢਾ ਬੜਾ ਵਿਅਕੁਲ ਹੋਇਆ। ਉਨੇ ਫੇਰ ਸਮਝਾਇਆ ਪੁੱਤਰ ਲੜਾਈਆਂ ਚ ਕੁਝ ਨਹੀਂ ਜੇ ਲੱਭਦਾ ਨੁਕਸਾਨ ਹੀ ਨੁਕਸਾਨ ਹੈ ਵੇਖੇ ਨਾ ਸੱਤਾ ਸਾਲਾਂ ਚ ਕਿਤਨਾ ਨੁਕਸਾਨ ਹੋਇਆ ਫਸਲ ਸਾਰੀ ਖਰਾਬ ਹੋ ਗਈ ਐਤ ਕੀ ਤੇਰਾ ਕਮਾਦ ਐਸਲੇ ਖਰਾਬ ਹੋਇਆ ਤਾਂ ਜੋ ਤੂੰ ਵੇਲੇ ਸਰਨੀ ਵੀ ਜასი ਅੱਗੇ ਅਸੀਂ ਰੱਜ ਕੇ ਖਾਂਦੇ ਸਾਂ ਹੋਰ ਨਾ ਨੂੰ ਖਵਾਉਂਦੇ ਸਾਂ ਪਸ਼ੂ ਡੰਗਰ ਵੱਧਦਾ ਸੀ ਰੁਪਏ ਦੀ ਜੱਦ ਲੋੜ ਹੁੰਦੀ ਸੀ ਕਰੋ ਨਿੱਕਲ ਪੈਂਦਾ ਸੀ ਹੁਣ ਸਾਡੀ ਕਮਾਈ ਰੁਪਏ ਚੋ 12 ਨੇ ਸਰਕਾਰ ਦੇ ਘਰ ਜਾਂਦੀ ਪਈ ਐ ਪੁਲਿਸ ਵਾਲਿਆਂ ਦੇ ਨਿਤ ਦੇ ਫੇਰਿਆਂ ਨੇ ਸਾਡੇ ਘਰ ਚ ਕੁਝ ਨਹੀਂ ਜੇ ਰਹਿਣ ਦਿੱਤਾ ਹੁਣ ਆਪਾਂ ਰੱਜ ਕੇ ਨਹੀਂ ਖਾਂਦੇ ਪਰ ਸਾਡੀ ਕਮਾਈ ਵਿੱਚੋਂ ਪਰਾਏ ਜਰੂਰ ਮੋਜਾ ਮਾਣਦੇ ਨੇ ਕੁਝ ਤੇ ਸੋਚੋ ਇਹ ਗੱਲਾਂ ਸੁਣ ਕੇ ਬਹਾਦਰ ਸਿੰਘ ਨੇ ਠੰਡਾ ਸਾ ਲਿਆ ਬੁੱਢੇ ਨੇ ਸਮਝਿਆ ਜੋ 7 ਸਾਲਾਂ ਪਿੱਛੋਂ ਅਜੇ ਮੇਰੀ ਗੱਲ ਉਹਨਾਂ ਦੇ ਅਸਰ ਹੋਈ ਹੈ ਵਿਛਲੀ ਗੱਲ ਕਰਦਿਆਂ ਕਰਦਿਆਂ ਉਹ ਥੱਕ ਗਿਆ ਸੀ ਦਮੇ ਦੀ ਬਿਮਾਰੀ ਕਰਕੇ ਉਹਦਾ ਸਾਹ ਚੜ ਗਿਆ ਥੋੜੀ ਦੇਰ ਠਹਿਰ ਕੇ ਬੁੱਢਾ ਫੇਰ ਬੋਲਿਆ ਪੁੱਤਰ ਤੂੰ ਕ੍ਰੋਧ ਦੇ ਪਿੱਛੇ ਲੱਗ ਕੇ ਆਪਣਾ ਸਾਰਾ ਕੁਝ ਬਰਬਾਦ ਕਰ ਦਿੱਤਾ ਤੂੰ ਘਰ ਦਾ ਸਰਦਾਰ ਸੈਂ ਤੈਨੂੰ ਚਾਹੀਦਾ ਸੀ ਤੂੰ ਆਪ ਧੀਰਜ ਵਾਲਾ ਹੁੰਦਾ ਵੱਡੇ ਜਿਗਰੇ ਨਾਲ ਨਿਬੜਦਾ ਪਰ ਤੈਨੂੰ ਵੇਖ ਕੇ ਘਰ ਵਿੱਚ ਸਾਰਿਆਂ ਨੇ ਲੜਾਈ ਦੇ ਪਿੱਛੇ ਲੱਕ ਬਨ ਲਿਆ ਪਰसों ਮੈਂ ਤੇਰੇ ਪੋਤਰੇ ਨੂੰ ਸੁਣਦਾ ਸਾਂ ਉਹ ਹਜੇ ਮਸਾ ਚਾਰ ਕੁ ਬਰਿਆਂ ਦਾ ਸੀ ਪਰ ਨਿਹਦਾਨ ਸਿੰਘ ਕਿਆ ਨੂੰ ਗੰਦੀਆਂ ਪੀਂ ਗਾਲਾ ਕੱਢਦਾ ਸੀ ਉਹਦੀ ਮਾਂ ਸੁਣ ਸੁਣ ਕੇ ਅੱਗੋਂ ਹੱਸਦੀ ਸੀ ਅਸੀਂ ਤਾਂ ਨਾ ਸੱਤਾ ਸਾਲਾ ਚ ਗੁਰੂ ਪੀਰ ਨੂੰ ਵੀ ਪਾਰਖਤੀ ਦੇ ਦਿੱਤੀ ਆ ਪੁੱਤਰ ਅੱਗੇ ਤੂੰ ਪਾਠ ਕਰਦਾ ਸੈਂ ਸਾਰਾ ਟੱਬਰ ਬਹਿ ਕੇ ਸੁਣਦਾ ਸੀ ਅਸੀਂ ਗੁਰਪੁਰਬ ਮਨਾਉਂਦੇ ਸਾਂ ਨੇੜੇ ਤੇੜੇ ਦੇ دیਵਾਨਾਂ ਚ ਜਾ ਕੇ ਸੇਵਾ ਕਰਦੇ ਸਾਂ ਸਾਰੇ ਇਲਾਕੇ ਦੇ ਵਿੱਚ ਤੇਰੀ ਨੇਕੀ ਸੀ ਹੁਣ ਤੈਨੂੰ ਥਾਣੇਦਾਰ ਦੀਆਂ ਝਿੜਕਾਂ ਸੁਣਨ ਤੋਂ ਹੀ ਵੇਲ ਨਹੀਂ ਲੱਗਦੀ ਐ ਸਜ਼ਦ ਨੇ ਜਿੱਥੇ ਤੇਰੀ ਮਾਇਆ ਦਾ ਬਹੁਤ ਨੁਕਸਾਨ ਕੀਤਾ ਉਥੇ ਧਰਮ ਦਾ ਨਿਤਨੇਮ ਵੀ ਤੇਥੋਂ ਗਵਾਚ ਗਿਆ ਤੈਨੂੰ ਦਿਨ ਰਾਤ ਝਗੜਿਆਂ ਦੇ ਸੁਪਨੇ ਆਉਂਦੇ ਨੇ ਮੈਂ ਹੁਣ ਮਰਨ ਕਿਨਾਰੇ ਆਂ ਸਰ ਭਰੇ ਸਮਾ ਤੇਰੇ ਉੱਪਰ ਵੀ ਆਉਣਾ ਇੱਕ ਦਿਨ ਉਸ ਵੇਲੇ ਪਛਤਾਉਣ ਨਾਲੋਂ ਹੁਣ ਪਛਤਾਉਣਾ ਚੰਗਾ ਮੇਰਾ ਤਾਂ ਜੀ ਕਰਦਾ ਤੂੰ ਨਿਹਨ ਸਿੰਘ ਦੇ ਔਗਣ ਭੁੱਲ ਜਾ ਆਪਣੇ ਔਗਣ ਚੇਤੇ ਕਰ ਹੁਣੇ ਉਹਦੇ ਘਰ ਜਾ ਕੇ ਆਪਣੀਆਂ ਵਧੀਕੀਆਂ ਦੀ ਖਿਮਾ ਮੰਗ ਲੈ ਕੱਲ ਗੁਰੂ ਕਲਗੀਆਂ ਵਾਲੇ ਸ਼ਹਿਨशाह ਦਾ ਗੁਰਪੁਰਬ ਹੈ ਦੋਵੇਂ ਟੱਬਰ ਇਕੱਠੇ ਕੜਾ ਪ੍ਰਸ਼ਾਦ ਕਰਾਵੋ ਤੇ ਵਾਜਾਂ ਵਾਲੇ ਦੇ ਚਰਨ ਸੇਵਕ ਹੋ ਕੇ ਇੱਕ ਦੂਜੇ ਨਾਲ ਪਿਆਰ ਨਾਲ ਰਹੋ ਭਾਈ ਅੱਜ ਬਹਾਦਰ ਸਿੰਘ ਦੇ ਚਿੱਤ ਪਰ ਐਨਾ ਗੱਲਾਂ ਨੇ ਕੁਝ ਅਸਰ ਕੀਤਾ ਉਹਨੇ ਆਪਣੀਆਂ ਵਧੀਆਂ ਯਾਦ ਕੀਤੀਆਂ ਤੇ ਕਈ ਅਯੋਗ ਗੱਲਾਂ ਚੇਤੇ ਕੀਤੀਆਂ ਤੇ ਚਿੱਤ ਚ ਬੜਾ ਪਛਤਾਇਆ ਐਸ ਪਛਤਾਵੇ ਨਾਲ ਉਹਦਾ ਹਿਰਦਾ ਕੁਝ ਹੌਲਾ ਹੋ ਗਿਆ ਕ੍ਰੋਧ ਦੀ ਪ੍ਰਚੰਡ ਅਗਨੀ ਅੱਗੇ ਮਨ ਨੂੰ ਸਾੜ ਰਹੀ ਸੀ ਤੇ ਹੁਣ ਕੁਝ ਧੀਮੀ ਪਈ ਤੇ ਇਹਦੇ ਜੀ ਵਿੱਚ ਆਇਆ ਮੈਂ ਆਪਣੇ ਗਵਾਂਡੀ ਨੂੰ ਬੈਂਤ ਪਵਾ ਕੇ ਕੀ ਲੈਣਾ ਏ ਜੇ ਸਾਡਾ ਝਗੜਾ ਮਿਟ ਜਾਏ ਤੇ ਚੰਗੀ ਗੱਲ ਹੈ ਹਾਂ ਬਾਦਰ ਸਿੰਘ ਇਹੋ ਸੋਚਦਾ ਸੀ ਕਿ ਉਹਦੀ ਵਾਟੀ ਤੇ ਨੂੰ ਤੇ ਹੋਰ ਦੋ ਚਾਰ ਜਨਾਨੀਆਂ ਅੰਦਰ ਆ ਗਈਆਂ ਉਹਨਾਂ ਨੇ ਦੱਸਿਆ ਕਿ ਨਿਧਾਨ ਸਿੰਘ ਦੇ ਘਰ ਵਾਲੀਆਂ ਕਹਿੰਦੀਆਂ ਨੇ ਸਾਨੂੰ ਇਹਨੇ ਬੈਂਤ ਪਵਾਏ ਅਸਾਂ ਇੱਕ ਅਰਜੀ ਅਜੋਲਾਟ ਸਾਬ ਨੂੰ ਭੇਜਦੇ ਹਾਂ ਜਿਦੇ ਵਿੱਚ ਬਾਦਰ ਸਿੰਘ ਦੇ ਕੀਤੇ ਹੋਏ ਸਾਰੇ ਜ਼ੁਲਮ ਲਿਖ ਕੇ ਅਸੀਂ ਸਰਕਾਰ પાસે ਨਿਆਂ ਮੰਗਣਾ ਤੇ ਜ਼ਰੂਰੀ ਬਾਦਰ ਸਿੰਘ ਨੂੰ ਕਾਲੇ ਪਾਣੀ ਭਜਵਾਣਾ ਥਾਣੇਦਾਰ ਨੂੰ ਵੱਡੀ ਦੇ ਕੇ ਕੱਲ ਅਸੀਂ ਬਹਾਦਰ ਸਿੰਘ ਨੂੰ ਜੁੱਤੀਆਂ ਮਰਵਾਉਣੀਆਂ ਨੇ ਇਤਿਹਾਦਕ ਗੱਲਾਂ ਇਹ ਗੱਲਾਂ ਸੁਣ ਕੇ ਬਹਾਦਰ ਸਿੰਘ ਦੇ ਦਿਲ ਵਿੱਚ ਫੇਰ ਮਹਿਲ ਆ ਗਈ ਸੱਤ ਸਾਲਾਂ ਦੀ ਕਾਲਖ ਇੱਕ ਦਿਨ ਚ ਤੋਤੀ ਕਿਵੇਂ ਜਾ ਸਕਦੀ ਸੀ ਭਲਾ ਉਹਦਾ ਹੌਲਾ ਅੰਤ ਕਰਨ ਕੀ ਫੇਰ ਪਾਰਾ ਹੋ ਗਿਆ ਮੱਥੇ ਤੇ ਵੱਟ ਪੈ ਗਏ ਤੇ ਉਹ ਬਾਹਰ ਨੂੰ ਚਲਾ ਗਿਆ ਆਪਣੇ ਘਰੋਂ ਬਾਹਰ ਨਿਕਲ ਕੇ ਉਹਨੂੰ ਸਾਹਮਣੇ ਨਿਧਾਨ ਸਿੰਘ ਦਾ ਘਰ ਦੇ ਸਿਹਤ ਤੇ ਕਚਹਿਰੀ ਨਿਧਾਨ ਸਿੰਘ ਦੀ ਭਿਆਨਕ ਸ਼ਕਲ ਜੀਤੇ ਆਈ ਆਪਣੇ ਚਿੱਤੋ ਚੋਂ ਨੇ ਫੈਸਲਾ ਕੀਤਾ ਕਿ ਮੈਂ ਨਿਧਾਨ ਸਿੰਘ ਤੇ ਉਹਦੇ ਖਾਨਦਾਨ ਨੂੰ ਹੁਣ ਬਰਬਾਦ ਕਰਕੇ ਛੱਡਾਂਗਾ। ਐਸੇ ਦਿਨ ਸ਼ਾਮ ਨੂੰ ਬਹਾਦਰ ਸਿੰਘ ਆਪਣੇ ਘਰੋਂ ਨਿਕਲ ਕੇ ਘੋੜੀਆਂ ਦੀ ਖਬਰ ਲੈਣ ਵਾਸਤੇ ਅਸਤਬਲ ਨੂੰ ਜਾਣ ਲੱਗਾ। ਅਜੇ ਆਪਣੀ ਡਿਊਟੀ 'ਚ ਹੀ ਖੜਾ ਸੀ ਕਿ ਉਹਨੂੰ ਖਿਆਲ ਆਇਆ ਨਿਧਾਨ ਸਿੰਘ ਨੇ ਆਖਿਆ ਸੀ ਤੁਸੀਂ ਮੇਰੀ ਪਿੱਠ ਲਾਲ ਕਰਨੀ ਹੈ ਮੈਂ ਤੁਹਾਡੀ ਹੋਰ ਕੋਈ ਚੀਜ਼ ਬੜੀ ਲਾਲ ਕਰ ਦਿਆਂਗਾ। ਕੀ ਪਤਾ ਹੁਣੀ ਅੱਗ ਲਾਉਣ ਦੇ ਆਹਰ ਚ ਨਾ ਫਿਰਦਾ ਹੋਵੇ ਜੇ ਮੈਂ ਉਹਨੂੰ ਐਸ ਵੇਲੇ ਫੜ ਲਿਆ ਤਾਂ ਅੱਗ ਲਾਉਣ ਦੇ ਜੁਰਮ ਚ ਘਟੋ ਘਟ 10 ਸਾਲ ਦੀ ਕੈਦ ਹੋਵੇ ਇਹ ਸੋਚ ਕੇ ਉਹ ਡਿਊਟੀਆਂ ਬਾਹਰ ਨਿਕਲਿਆ ਤੇ ਵੇਖਿਆ ਕਿ ਵਾੜੇ ਦੇ ਪਾਸ ਕੋਈ ਆਦਮੀ ਫਿਰਦਾ ਹਨੇਰਾ ਹੋ ਜਾਣ ਕਰਕੇ ਉਹ ਪਛਾਣ ਤਾ ਨਾ ਸਕਿਆ ਕਿ ਇਹ ਹੈ ਕੌਣ ਤੇ ਆਦਮੀ ਵੀ ਬਹਾਦਰ ਸਿੰਘ ਨੂੰ ਵੇਖ ਕੇ ਪਰਲੇ ਪਾਸੇ ਤੁਰ ਗਿਆ ਜਦੋਂ ਬਹਾਦਰ ਸਿੰਘ ਉੱਥੇ ਪਹੁੰਚਿਆ ਤਾਂ ਉੱਥੇ ਕੋਈ ਬੰਦਾ ਨਹੀਂ ਸੀ ਠੰਡੀ ਪੌਣ ਚੱਲਦੀ ਸੀ ਤੇ ਉਹਦੇ ਨਾਲ ਦਰਖਤਾਂ ਦੇ ਸੁੱਕੇ ਹੋਏ ਪੱਤੇ ਉੱਡ ਰਹੇ ਸੀ ਰਤਾ ਕੋ ਉਥੇ ੜਾ ਰਹਿਣ ਪਿੱਛੋਂ ਉਹਦੇ ਜੀ ਚਾਇਆ ਕੀ ਪਤਾ ਆਦਮੀ ਨਿਹਾਨ ਸਿੰਘ ਹੀ ਹੋਵੇ ਮੈਂ ਜਾ ਕੇ ਵੇਖਾਂ ਤੇ ਸਹੀ ਇਹ ਸੋਚ ਕੇ ਜਦੋਂ ਆਪਣੇ ਘਰ ਦੇ ਪਰਲੇ ਪਾਸੇ ਗਿਆ ਤਾਂ ਉਹਨੇ ਦੂਰੋਂ ਵੇਖਿਆ ਕਿ ਪਸ਼ੂਆਂ ਵਾਲੇ ਛੱਪੜ ਦੇ ਪਾਸ ਕੋਈ ਆਦਮੀ ਸੁੱਕੇ ਕਾਹ ਦੇ ਪੂਲੇ ਨੂੰ ਅੱਗ ਲਾ ਰਿਹਾ ਬਾਦਰ ਸਿੰਘ ਛੇਤੀ ਨਾਲ ਉਸ ਪਾਸੇ ਵੱਲ ਨੂੰ ਤੁਰਿਆ ਆਪਣੇ ਜੀ ਚਾਖਦਾ ਕਿ ਲੋ ਹੁਣ ਨਿਧਾਨ ਸਿੰਘ ਕਾਲੇ ਪਾਣੀ ਪਹੁੰਚਿਆ ਕੇ ਪਹੁੰਚਿਆ ਇੱਥੇ ਪਹੁੰਚਦਿਆਂ ਭਾਂਬੜ ਭੜਕੁੱਠਿਆ ਤੇ ਸੁੱਕੇ ਘਾਹ ਦੇ ਵਿੱਚ ਉਹ ਅੱਗ ਦੀ ਲੰਬ ਨਿਕਲ ਪਈ ਤੇ ਅੱਗ ਕੱਖਾਂ ਦੇ ਛੱਪੜ ਦੇ ਨੇੜੇ ਪਹੁੰਚ ਗਈ ਐਦੇ ਚਾਨਣ ਵਿੱਚ ਨਿਧਾਨ ਸਿੰਘ ਖੜਾ ਹੋਇਆ ਸਾਫ਼ ਦਿਸਦਾ ਸੀ ਬਾਦਰ ਸਿੰਘ ਹੋਰ ਤੇਜ਼ ਹੋ ਕੇ ਫੜਨ ਲਈ ਦੌੜਿਆ ਪਰ ਨਿਧਾਨ ਸਿੰਘ ਨੇ ਕਿਤੇ ਕਦਮਾਂ ਦੀ ਆਵਾਜ਼ ਸੁਣ ਲਈ ਤੇ ਉਹ ਵੀ ਛੇਤੀ ਨਾਲ ਹਰਨ ਹੋ ਗਿਆ ਬਹਾਦਰ ਸਿੰਘ ਨੇ ਆਵਾਜ਼ ਦਿੱਤੀ ਹੁਣ ਬਚ ਕੇ ਕਿੱਥੇ ਜਾਏਗਾ ਤੇ ਤੀਰ ਵਾਂਗ ਉਹਦੇ ਪਿੱਛੇ ਦੌੜਿਆ ਥੋੜੀ ਦੂਰ ਜਾ ਕੇ ਬਹਾਦਰ ਸਿੰਘ ਨੇ ਨਿਧਾਨ ਸਿੰਘ ਦੀ ਪਗੜੀ ਨੂੰ ਹੱਥ ਪਾਇਆ ਤਾਂ ਨਿਧਾਨ ਸਿੰਘ ਤੁੱਚ ਸੱਜੇ ਪਾਸਿਓਂ ਦਾਅ ਮਾਰ ਕੇ ਨਿਕਲ ਗਿਆ ਉਹਦੀ ਪੱਗ ਬਹਾਦਰ ਸਿੰਘ ਦੇ ਹੱਥ 'ਚ ਰਹਿ ਗਈ ਬਹਾਦਰ ਸਿੰਘ ਆਪਣੇ ਆਪ ਨੂੰ ਸੰਭਾਲ ਨਾ ਸਕਿਆ ਤੇ ਉਹਦੇ ਪੈਰ ਤਿਲਕ ਗਏ ਪਰ ਉਹਨੇ ਹਾਲ ਦੋਹਾਈ ਪਾ ਦਿੱਤੀ ਚੋਰ ਚੋਰ ਫੜ ਲਓ ਵੇ ਚੋਰ ਵੇ निदान सिंह अपने घर ਵੱਲ ਦੌੜ ਗਿਆ ਤੇ ਬਹਾਦਰ ਸਿੰਘ ਵੀ ਜਦ ਉੱਠ ਕੇ ਉਹਦੇ ਪਿੱਛੇ ਦੌੜਿਆ ਤਾਂ ਨਿਦਾਨ ਸਿੰਘ ਨੇ ਉਹਦੇ ਸਿਰ ਵਿੱਚ ਡਾਂਗ ਮਾਰ ਕੇ ਉਹਨੂੰ ਲੰਮਾ ਪਾ ਦਿੱਤਾ ਬਹਾਦਰ ਸਿੰਘ ਦੇ ਸਿਰ 'ਚ 60 ਵਜੇ ਉਹਦੀ ਅੱਖਾਂ ਅਗੇ ਤਾਰੇ ਆ ਗਏ ਤੇ ਫੇਰ ਹਨੇਰਾ ਹੋ ਗਿਆ ਉਹ ਡਿੱਗ ਪਿਆ ਕੁਝਰ ਪਿੱਛੋਂ ਉਹਨੂੰ ਜਦ ਹੋਸ਼ ਆਈ ਤਾਂ ਕੀ ਦੇਖਦਾ ਕਿ ਦਿਨ ਵਰਗਾ ਚਾਨਣਾ ਹੋਇਆ ਹੋਇਆ ਪਸ਼ੂਆਂ ਵਾਲਾ ਕੋਠਾ ਅਸਟਬਲ ਬੋਦੀ ਧੜ ਕਣਕ ਦੇ ਕੋਠੇ ਨੂੰ ਵੀ ਅੱਗ ਲੱਗੀ ਹੋਈ ਐ ਤੇ ਹੁਣ ਘਰ ਨੂੰ ਵੀ ਚੰਡੀ ਆਪਣੀ ਭੇਟ ਲੈਣਾ ਚਾਹੁੰਦੀ ਐ। ਬਾਦਰ ਸਿੰਘ ਦੀ ਚੀਕ ਨਿਕਲ ਗਈ। ਉਹਨੇ ਸੱਥਰਾ ਤੇ ਹੱਥ ਮਾਰ ਕੇ ਆਖਿਆ, "ਓ ਯਾਰ ਓਏ ਕੀ ਹੋ ਗਿਆ ਓਏ? ਮੈਂ ਉਸ ਵੇਲੇ ਸੁੱਕੇ ਕਾਹਵਲੀ ਅੱਗ ਨੂੰ ਬਿਸਮਾ ਦਿੰਦਾ ਤਾਂ ਕਿੱਥੋਂ ਭਾਂਬੜ ਮਚਣਾ ਸੀ?" ਮੁਰਮੜੋਦੇ ਮੂਛੋ, "ਇਹੋ ਹੀ ਨਿਕਲੇ ਕਿ ਆਹ ਕੀ ਹੋ ਗਿਆ, ਆਹ ਕੀ ਹੋ ਗਿਆ?" ਉਹ ਆਵਾਜ਼ਾਂ ਮਾਰਨ ਲੱਗਾ। ਪਰ ਸ਼ੌਕ ਨਾਲ ਉਹਦੇ ਮੂੰਚੋਂ ਆਵਾਜ਼ ਵੀ ਨਾ ਨਿਕਲੇ ਉਹ ਦੌੜਨ ਲੱਗਾ ਤਾਂ ਲੱਗਾ ਜਵਾਬ ਦੇਈ ਜਾਣ ਉਹ ਆਹਸਤਾ ਆਹਸਤਾ ਤੁਰਨ ਲੱਗਾ ਪਰ ਫੇਰ ਲੜਖੜਾ ਕੇ ਡਿੱਗ ਪਿਆ ਜਦ ਥੋੜੇ ਚਿਰ ਪਿੱਛੋਂ ਕੁਝ ਉਹਨੂੰ ਸੁਰਤਾਈ ਤੇ ਉਹ ਘਰ ਵੱਲ ਤੁਰਿਆ ਤੇ ਉਹਨੇ ਵੇਖਿਆ ਅੱਗ ਡਿਓੜੀ ਵਿੱਚ ਫਿਰਦੀ ਸੀ ਲੋਕ ਬਹੁਤ ਸਾਰੇ ਇਕੱਠੇ ਹੋਏ ਹੋਏ ਸੀ ਗਵਾਂਡੀ ਆਪਣੇ ਘਰਾਂ ਨੂੰ ਅੱਗ ਦੇ ਡਰ ਤੋਂ ਖਾਲੀਪੋਈ ਕਰਦੇ ਸੀ ਤੇ ਆਪਣੇ ਡੰਗਰਾਂ ਪਸ਼ੂਆਂ ਨੂੰ ਬਾਹਰ ਹਕੀ ਜਾਂਦੇ ਸੀ ਬਹਾਦਰ ਸਿੰਘ ਦੇ ਨਾਲ ਹੀ ਨਿਹਾਲ ਸਿੰਘ ਦੇ ਘਰ ਦੀਵਾਰੀ ਆਈ ਉੱਥੇ ਵੀ ਅਗਨੀ ਦਾ ਝੰਡਾ ਝੁੱਲਣ ਲੱਗਾ ਉੱਥੇ ਪੈਰ ਜਮਾ ਕੇ ਅੱਗ ਗਲੀ ਦੇ ਦੂਜੇ ਪਾਸੇ ਹੋ ਗਈ ਤੇ ਥੋੜੇ ਚਿਰ ਵਿੱਚ ਅੱਧਾ ਪਿੰਡ ਅੱਗ ਦੇ ਕਾਬੂ ਆ ਗਿਆ ਬਹਾਦਰ ਸਿੰਘ ਦੇ ਘਰੋਂ ਕੁਝ ਵੀ ਨਾ ਬਚਿਆ ਕਰਦੇ ਜੀ ਆਪਣੇ ਉੱਪਰ ਵਾਲੇ ਕੱਪੜੇ ਲੈ ਕੇ ਨਿਕਲ ਆਏ ਤੇ ਬਿਮਾਰ ਬਾਪੂ ਨੂੰ ਮਸਾਂ ਚੁੱਕ ਕੇ ਬਾਹਰ ਕੱਢਿਆ ਕੁਝ ਬਾਲਦ ਬਾਹਰ ਪੈਲੀਆਂ ਚ ਸੀ ਉਹ ਬਚ ਗਏ ਬਾਕੀ ਸਾਰੇ ਡੰਗਰ ਪਸ਼ੂ ਮੁਰਗੀਆਂ ਗੱਡੇ ਹਲ ਪੰਜਾਲੀਆਂ ਦਾਣਾ ਫੱਕਾ ਜਨਾਨੀਆਂ ਦੇ ਟਰੰਕ ਕੱਪੜੇ ਲੱਤੇ ਸਭ ਸੁਆਹ ਹੋ ਗਏ ਨਿਦਾਨ ਸਿੰਘ ਦੇ ਘਰ ਵਿੱਚੋਂ ਪਸ਼ੂ ਬਾਹਰ ਹੱਕੇ ਗਏ ਤੇ ਇੱਕ ਦੋ ਕੱਪੜੇ ਬਚ ਗਏ ਅੱਗ ਸਾਰੀ ਰਾਤ ਚੱਲਦੀ ਰਹੀ ਬਹਾਦਰ ਸਿੰਘ ਆਪਣੇ ਸੜਦੇ ਹੋਏ ਘਰ ਦੇ ਸਾਹਮਣੇ ਖੜਾ ਹੋ ਕੇ ਕਹਿੰਦਾ ਰਿਹਾ ਯਾਰੋ ਆ ਕੀ ਹੋ ਗਿਆ ਜੇ ਮੈਂ ਬਲਦਾ ਹੋਇਆ ਸੁੱਕਾ ਕਾਈ ਬੁਝਾ ਦੇਂਦਾ ਤਾਂ ਹਿਉ ਨਾ ਹੁੰਦਾ ਜਦ ਉਹਦੇ ਮਕਾਨ ਦੀ ਛੱਤ ਡਿੱਗੀ ਤਾਂ ਬਹਾਦਰ ਸਿੰਘ ਬਹਾਵਲਿਆਂ ਦੇ ਵਾਂਗ ਅੱਗ ਚ ਦੌੜ ਪਿਆ ਉਹਦੇ ਪੁੱਤਰ ਨੇ ਉਹਨੂੰ ਦਵਾੜ ਕੇ ਫੜ ਲਿਆ ਤੇ ਧੂਕੇ ਬਾਹਰ ਲਿਆਂਦਾ ਪਰ ਇੰਨੇ ਵਿੱਚ ਉਹਦੇ ਕੇਸ ਦਾੜੀ ਤੇ ਕੁਝ ਕੱਪੜੇ ਸੜ ਗਏ ਤੇ ਹੱਥ ਚਲਸ ਗਏ ਪਰ ਬਹਾਦਰ ਸਿੰਘ ਨੂੰ ਪਤਾ ਨਹੀਂ ਸੀ ਉਹ ਇਹੀ ਗੱਲ ਆਖ ਰਿਹਾ ਸੀ ਯਾਰੋ ਇਹ ਕੀ ਹੋ ਗਿਆ ਓਏ ਤੇ ਲੋਕ ਆਖਣ ਕਿ ਇਹ ਸ਼ੁਦਾਈ ਹੋ ਗਿਆ ਦੂਜੇ ਦਿਨ ਸਵੇਰੇ ਜੈਲਦਾਰ ਦਾ ਪੁੱਤਰ ਬਹਾਦਰ ਸਿੰਘ ਨੂੰ ਬੁਲਾਉਣ ਆਇਆ ਕਿ ਤੇਰਾ ਬੁੱਢਾ ਪਿਓ ਮਰਨ ਲੱਗਾ ਜਾਦੇ ਮੁੰਡਾ ਬਹਾਦਰ ਸਿੰਘ ਨੂੰ ਬਾਹਤ ਉਤਰੂ ਕੇ ਆਪਣੇ ਘਰ ਲੈ ਗਿਆ ਤਾਂ ਬਹਾਦਰ ਸਿੰਘ ਨੇ ਦੇਖਿਆ ਕਿ ਬੁੱਢਾ ਬਹੁਤ ਨਿਰਬਲ ਹੋ ਗਿਆ ਬਸ ਹੁਣ ਨਦੀ ਕਿਨਾਰੇ ਰੁਖੜਾ ਤੇ 2-4 ਸਵਾਸਾਂ ਦੀ ਹੁਦੀਕ ਹੈ ਬੁੱਢੇ ਦੀ ਦ੍ਰਿਸ਼ਟੀ ਮੁੱਕ ਚੁੱਕੀ ਸੀ ਤੇ ਸੁਣਨ ਦੀ ਸ਼ਕਤੀ ਵੀ ਹੌਲੇ-ਹੌਲੇ ਜਵਾਬ ਦੇ ਰਹੀ ਸੀ ਬਹਾਦਰ ਸਿੰਘ ਦੇ ਨੇੜੇ ਜਾ ਕੇ ਉਹਨੇ ਉੱਚੀ ਆਵਾਜ਼ ਨਾਲ ਆਖਿਆ ਬਾਪੂ ਮੈਂ ਆ ਗਿਆ ਬਾਪੂ ਬੁੱਢੇ ਬਾਪੂ ਨੇ ਪਾਸਾ ਪਰਤਣ ਦੀ ਕੋਸ਼ਿਸ਼ ਕੀਤੀ ਪਰ ਵਿਅਰਥ ਫਿਰ ਹੌਲੀ-ਹੌਲੀ ਪੁੱਛਿਆ ਪੁੱਤਰ ਬਹਾਦਰ ਸਿੰਘਾ ਪਿੰਡ ਨੂੰ ਅੱਗ ਕਿਨੇ ਲਾਈ ਸੀ ਬਹਾਦਰ ਸਿੰਘ ਨੇ ਆਖਿਆ ਬਾਪੂ ਅਗੋਸ ਨੇ ਲਾਈ ਸੀ ਜੀਨੂੰ ਮੈਂ ਅੱਗ ਲਾਉਂਦਿਆਂ ਫੜਿਆ ਉਨੇ ਸੁੱਕੇ ਕਾਹ ਦੇ ਨਾਲ 66 ਦੇ ਨੇੜੇ ਅੱਗ ਲਾਈ ਜਿਵੇਂ ਉਹਨੂੰ ਫੜਨ ਦੀ ਥਾਂ ਕਾਹ ਵਾਲੀ ਅੱਗ ਬੁਝਾ ਦਿੰਦਾ ਨਾ ਤਾਂ ਪਿੰਡ ਨਾ ਸੜਦਾ ਬਾਪੂ ਬਾਪੂ ਆਖਣ ਲੱਗਾ ਬਾਦਰਾ ਮੈਂ ਮਾਤ ਦੀ ਝੋਲੀ ਚਾਂ ਕਦੇ ਤੂੰ ਵੀ ਐਸੇ ਤਰ੍ਹਾਂ ਲੇਟਣਾ ਦੱਸ ਕਾ ਹੁਣ ਕਸੂਰ ਕੀਦਾ ਬਹਾਦਰ ਸਿੰਘ ਸ਼ਰਮਿੰਦਾ ਹੋ ਕੇ ਚੁੱਪ ਕਰ ਰਿਹਾ ਉਹਦੇ ਮੂੰਹ ਚੋਂ ਗੱਲ ਨਾ ਨਿਕਲੇ ਹੁਣ ਬਹਾਦਰ ਸਿੰਘ ਨੂੰ ਹੋਸ਼ ਆਈ ਤੇ ਉਹਦੀਆਂ ਅੱਖਾਂ ਖੁੱਲੀਆਂ ਕਸੂਰ ਮੇਰਾ ਐ ਬਾਪੂ ਮੈਨੂੰ ਖਿਮਾ ਕਰ ਦੇ ਬਾਪੂ ਮੈਂ ਤੇਰਾ ਤੇ ਰੱਬ ਦਾ ਦੇਹਨ ਦਾਹਰਾ ਬੁੱਢੇ ਨੇ ਸੱਜੀ ਬਾਹ ਹਿਲਾਉਣ ਦਾ ਯਤਨ ਕੀਤਾ ਪਰ ਉਹ ਹਿੱਲੀ ਨਾ ਉਹਦੇ ਮੂੰਹੋਂ ਦੋ ਚਾਰ ਵਾਰੀ ਵਾਹਿਗੁਰੂ 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 ਨਿਕਲਿਆ ਆਪਣੀਆਂ ਅਦ੍ਰਿਸ਼ਟਹੀਣ ਅੱਖਾਂ ਪੁੱਤਰ ਵੱਲ ਕਰਕੇ ਉਹ ਆਖਣ ਲੱਗਾ ਹੋ ਬਾਦਰ ਸਿੰਘਾ ਹੋ ਬਾਧਰਾ ਹੁਣ ਕੀ ਕਰਨਾ ਤੂੰ ਬਹਾਦਰ ਸਿੰਘ ਰੋ ਰਿਹਾ ਸੀ ਪਤਾ ਨਹੀਂ ਬਾਪੂ ਹੁਣ ਗੁਜ਼ਾਰਾ ਕਿਵੇਂ ਕਰੀਏ ਬੁੱਢੇ ਦੀਆਂ ਹੁਣ ਸਾਰੀਆਂ ਦੁਨਿਆਵੀ ਸ਼ਕਤੀਆਂ ਖਤਮ ਹੋ ਚਲੀਆਂ ਸੀ ਬੁਝਣ ਵਾਲੀ ਬੱਤੀ ਦੀ ਆਖਰੀ ਜੋਤ ਵਾਂਗ ਉਹਨੇ ਹੌਲੇ-ਹੌਲੇ ਆਖਿਆ ਆਪੇ ਗੁਜ਼ਾਰਾ ਕਰੇਗਾ ਤੂੰ ਰੱਬ ਦਾ ਹੁਕਮ ਮੰਨ ਓਏ ਬਹਾਦਰ ਸਿੰਘਾ ਅਗ ਲਾਉਣ ਵਾਲੇ ਦਾ ਨਾਮ ਨਾ ਦਸੀ ਤੂੰ ਦੂਜੇ ਦਾ ਪਰਦਾ ਕੱਜ ਤੇ ਰੱਬ ਤੇਰਾ ਪਰਦਾ ਕੱਜੇਗਾ ਵਾਹਿਗੁਰੂ ਵਾਹਿ ਹੈ ਗੁਰੂ ਵਾਹ ਤੇ ਓ ਵਾਹਿਗੁਰੂ ਦਾ ਜਾਪ ਕਰਦਿਆਂ ਬਜ਼ੁਰਗ ਇਸ ਸੰਸਾਰ ਤੋਂ ਕੂਚ ਕਰ ਗਿਆ ਬੂੰਦ ਸਾਗਰ ਵਿੱਚ ਰਲ ਗਈ ਨਿਦਾਨ ਸਿੰਘ ਉਡੇਕਦਾ ਸੀ ਕਿ ਬਹਾਦਰ ਸਿੰਘ ਨੇ ਮੇਰਾ ਨਾਮ ਅੱਗ ਲਾਣ ਬਾਬਤ ਲੋਕਾਂ ਨੂੰ ਦੱਸ ਦੇਣਾ ਪਰ ਇੱਕ ਦਿਨ ਬੀਤਿਆ ਦੋ ਦਿਨ ਬੀਤੇ ਬਹਾਦਰ ਸਿੰਘ ਤੇ ਨਿਦਾਨ ਸਿੰਘ ਦੋਹਾਂ ਦੇ ਮਨ ਇੱਕ ਦੂਜੇ ਦੇ ਨੇੜੇ ਹੋ ਗਏ ਉਹਨਾਂ ਨੇ ਲੜਨਾ ਬੰਦ ਕਰ ਦਿੱਤਾ ਤੇ ਜਨਾਨੀਆਂ ਦੀ ਲੜਾਈ ਵੀ ਖਤਮ ਹੋ ਗਈ ਜਦ ਅੱਗ ਬੁਝ ਜਾਣ ਪਿੱਛੋਂ ਨਵੇਂ ਕੋਠੇ ਪਾਉਣ ਲੱਗੇ ਤਾਂ ਕੁਝ ਚਿਰ ਦੋਹਾਂ ਟੱਬਰਾਂ ਨੇ ਇੱਕੋ ਘਰ ਦੇ ਵਿੱਚ ਗੁਜ਼ਾਰਾ ਵੀ ਕੀਤਾ ਬਾਲਿਓ ਹੁਣ ਦੂਰ ਦੂਰ ਘਰ ਬਣਾ ਸਕਦੇ ਸੀ ਪਰ ਉਹਨਾਂ ਨੇ ਉਸੇ ਪੁਰਾਣੀ ਥਾਂ ਘਰ ਬਣਾਈ ਤੇ ਹੁਣ ਪੂਰੇ ਮਿੱਤਰ ਹੋ ਕੇ ਰਹਿੰਦੇ ਨੇ ਹੁਣ ਜਦ ਕੋਈ ਝਗੜੇ ਵਾਲਾ ਬਹਾਦਰ ਸਿੰਘ ਦੀ ਸਲਾਹ ਲੈਣ ਆਉਂਦਾ ਤਾਂ ਬਹਾਦਰ ਸਿੰਘ ਉਹਨੂੰ ਬੜੀ ਦਰਦਪ੍ਰੀ ਆਵਾਜ਼ ਚਾਹਖਦਾ ਮਿੱਤਰਾ ਐਸ ਚਿੰਗਾਰੀ ਨੂੰ 부ਝਾ ਛੱਡ ਨਹੀਂ ਤੇ ਪਾਂਬੜ ਪੜਕ ਪਹੇਗਾ ਬੁਰੇ ਦਾ ਪਲਾ ਪਰਕਾ ਬੁਰਾ ਨ ਰਾਖੋ ਚੀਤ॥ ਪਰਕਾ ਬੁਰਾ ਨ ਰਾਖੋ ਚੀਤ॥ ਤੁਮ ਕਉ ਦੁਖ ਨਹੀਂ ਪਾਈ ਮੀਤ॥ ਆਸਾ ਮਹੱਲਾ ਪੰਜਵਾਂ ਫਰੀਦਾ - ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਡਾਇ, ਦੇਹੀ ਰੋਗ ਨ ਲਗਈ ਪਲੇ ਸਭ ਕਿਛੁ ਪਾਇ॥ ਸ਼ੇਖ ਫਰੀਦ ਜੀ